ਬਿਲਗਾ ਥਾਣੇ ਦੀ ਹੋਣਹਾਰ ਪੁਲਿਸ ਨੇ ਰਚਿਆ ਇਤਿਹਾਸ। 5 ਕਿਲੋਮੀਟਰ ਤੇ ਪਹੁੰਚਣ ਲਈ ਲਾਏ 2.5 ਘੰਟੇ। 112 ਤੇ ਕਾਲ ਕਰਨ ਦੇ ਬਾਵਜੂਦ ਵੀ ਬਿਲਗਾ ਪੁਲਿਸ ਕਰਦੀ ਹੈ ਆਪਣੀ ਮਨਮਰਜ਼ੀ। ਮਾਮਲਾ ਹੈ ਪਿੰਡ ਉਮਰਪੁਰੀ ਦਾ, ਜਿੱਥੇ ਪੇਕਿਆਂ ਤੋਂ ਆਪਣੇ ਸਹੁਰੇ ਘਰ ਆਈ ਅਮਰੀਕਨ ਸਿਟੀਜ਼ਨ 3 ਮਹੀਨਿਆਂ ਦੀ ਗਰਭਵਤੀ ਨੂੰ ਨੇ ਸਹੁਰਾ ਪਰਿਵਾਰ ਤੇ ਕੁੱਟਮਾਰ ਕਰਨ ਅਤੇ ਉਸਦੇ ਪੇਟ ਚ ਲੱਤਾਂ ਮਾਰ ਕੇ ਉਸਨੂੰ ਜ਼ਖਮੀ ਕਰਨ, ਉਸਦੇ ਕੱਪੜੇ ਪਾੜਨ ਦੇ ਗੰਭੀਰ ਦੋਸ਼ ਲਗਾਏ ਹਨ। ਉੱਥੇ ਹੀ ਜ਼ਖਮੀ ਹਾਲਤ ਚੋਂ ਘਰੋਂ ਬਾਹਰ ਨਾ ਨਿਕਲ ਸਕੇ, ਉਸਨੂੰ ਜਿੰਦਰੇ ਲਾ ਕੇ ਅੰਦਰ ਡੱਕ ਦਿੱਤਾ ਗਿਆ ਸੀ। 112 ਤੇ ਪੀੜਿਤ NRI ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਮਹਿਜ਼ 5 ਕਿਲੋਮੀਟਰ ਦੂਰ ਥਾਣੇ ਤੋਂ ਕਰੀਬ 2.5 ਘੰਟਿਆਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਸਹੁਰੇ ਪਰਿਵਾਰ ਤੋਂ ਕੋਠੀ ਦੇ ਜਿੰਦੇ ਖੁਲਵਾ ਕੇ ਨੂੰਹ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਹੁਣ ਜ਼ੇਰੇ ਇਲਾਜ ਹੈ। ਉਧਰ ਦੂਜੇ ਪਾਸੇ ਸਹੁਰੇ ਪਰਿਵਾਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹਨਾਂ ਦੀ ਨੂੰਹ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਥਾਣਾ ਬਿਲਗਾ ਦੇ ਪਿੰਡ ਉਮਰਪੁਰ ਚ ਵਿਆਹੀ ਪਿੰਡ ਟੁੱਟ ਕਲਾਂ ਦੀ ਰਜਨੀਸ਼ ਕੌਰ ਨੇ ਦੱਸਿਆ, ਉਸਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਉਹ ਅਮਰੀਕਨ ਸਿਟੀਜ਼ਨ ਹੈ। 28 ਅਗਸਤ ਨੂੰ ਉਹ ਅਮਰੀਕਾ ਤੋਂ ਪੰਜਾਬ ਆਈ ਸੀ, ਜੋ ਆਪਣੇ ਪੇਕੇ ਘਰ ਟੁੱਟ ਕਲਾਂ ਚ ਰਹਿ ਰਹੀ ਸੀ। ਸ਼ੁੱਕਰਵਾਰ ਨੂੰ ਉਹਨਾਂ ਦੇ ਸਹੁਰਾ ਘਰ ਦੀ ਕੋਠੀ ਦੇ ਕੈਮਰੇ ਅਚਾਨਕ ਬੰਦ ਹੋ ਗਏ ਤਾਂ ਉਹ ਸ਼ਨੀਵਾਰ ਨੂੰ ਸਵੇਰੇ ਆਪਣੇ ਸਹੁਰੇ ਪਿੰਡ ਉਮਰਪੁਰ ਇਕੱਲੀ ਗੱਡੀ ਚ ਆਈ। ਜਦੋਂ ਕੋਠੀ ਅੰਦਰ ਦਾਖਲ ਹੋਈ ਤਾਂ ਉਸਨੇ ਵੇਖਿਆ ਕੈਮਰੇ ਦੀਆਂ ਤਾਰਾਂ ਵੱਡੀਆਂ ਹੋਈਆਂ ਸਨ। ਉਪਰੰਤ ਉਸਦੇ ਸਹੁਰਾ ਪਰਿਵਾਰ ਨੇ ਉਸ ਨਾਲ ਹਥੋਮਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਨੂੰ ਕੋਠੀ ਚੋਂ ਬਾਹਰ ਕੱਢਣ ਲੱਗ ਪਏ, ਜਿਨ੍ਹਾਂ ਨੇ ਉਸਦੇ ਕੱਪੜੇ ਪਾੜੇ ਅਤੇ ਉਸਦੇ ਢਿੱਡ 'ਚ ਲੱਤਾਂ ਮਾਰੀਆਂ। ਉਸਨੇ ਜਿਵੇਂ ਤਿਵੇਂ ਖੁਦ ਨੂੰ ਛੁਡਵਾਇਆ ਅਤੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰਕੇ 112 ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਨਾਲ ਹੀ ਆਪਣੇ ਪੇਕੇ ਪਰਿਵਾਰ ਇਸ ਦੀ ਸਾਰੀ ਜਾਣਕਾਰੀ ਦਿੱਤੀ। ਉਪਰੰਤ ਮੌਕੇ ਤੇ ਮੀਡੀਆ ਅਤੇ ਰਜਨੀਸ਼ ਦੇ ਪੇਕੇ ਪਰਿਵਾਰ ਦੇ ਮੈਂਬਰ ਪਹੁੰਚੇ। ਉਹਨਾਂ ਵੇਖਿਆ ਕਿ ਸਹੁਰੇ ਪਰਿਵਾਰ ਨੇ ਗੇਟ ਨੂੰ ਅੰਦਰਲੇ ਪਾਸਿਓਂ ਜਿੰਦੇ ਲਾਏ ਹੋਏ ਸਨ, ਤਾਂ ਕਿ ਨਾ ਤਾਂ ਕੋਈ ਅੰਦਰ ਆ ਸਕੇ ਨਾ ਕੋਈ ਬਾਹਰ ਜਾ ਸਕੇ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਇੱਥੇ ਕੰਮ ਕਰਦੇ ਹਨ, ਉਹਨਾਂ ਦੇ ਮੋਟਰਸਾਈਕਲ ਵੀ ਅੰਦਰ ਹੀ ਡੱਕ ਦਿੱਤੇ ਗਏ ਹਨ। ਰਜਨੀਸ਼ ਨੇ ਦੱਸਿਆ ਕਿ ਉਹ 3 ਮਹੀਨਿਆਂ ਦੀ ਗਰਭਵਤੀ ਹੈ। ਉਸ ਨਾਲ ਕੁੱਟਮਾਰ ਕਰਦੇ ਹੋਏ ਉਸਨੂੰ ਅੰਦਰ ਹੀ ਬੰਦ ਕਰ ਦਿੱਤਾ ਅਤੇ ਬਾਹਰੋਂ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ। ਪੁਲਿਸ ਦੇ ਪਹੁੰਚਣ ਤੋਂ ਬਾਅਦ ਪੁਲਿਸ ਨੇ ਸਹੁਰਾ ਪਰਿਵਾਰ ਤੋਂ ਮੀਡੀਆ ਅਤੇ ਉਸਦੇ ਪੇਕੇ ਪਰਿਵਾਰ ਦੀ ਹਾਜ਼ਰੀ 'ਚ ਜਿੰਦੇ ਖੁਲਵਾ ਕੇ ਜ਼ਖਮੀ ਹਾਲਤ 'ਚ ਕੁੱਟਮਾਰ ਦੀ ਸ਼ਿਕਾਰ ਹੋਈ ਰਜਨੀਸ਼ ਨੂੰ ਕੋਠੀ 'ਚੋਂ ਬਾਹਰ ਕੱਢਿਆ ਅਤੇ ਉਸਨੂੰ ਪਹਿਲਾਂ ਨੂਰਮਹਿਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਦੀ ਹਾਲਤ ਨੂੰ ਵੇਖਦੇ ਹੋਏ ਜਲੰਧਰ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ। ਮੌਕੇ ਤੇ SI ਸਤਪਾਲ ਸਿੰਘ ਨਾਲ ਗੱਲਬਾਤ ਕਰਨ ਅਤੇ ਦੇਰੀ ਨਾਲ ਪਹੁੰਚਣ ਬਾਰੇ ਪੁੱਛਣ ਗ੍ਰਿਫਤਾਰ ਕਰਨ ਦੀਆਂ ਉਮੀਦਾਂ ਲਾਈ ਬੈਠੇ ਹਨ। ਬਿਲਗਾ ਤੋਵਾਰ ਦੀ ਲਾਈਟ ਵੀ ਬੰਦ ਕੀਤੀ ਹੋਈ ਹੈ ਤੁਹਾਡੀ, ਕੈਮਰੇ ਕੁਮਰੇ ਸਾਰਾ ਤਾਰਾਂ ਲਾਤੀ ਹੈ।
ਸਫਾਈ ਕਰਾਇਆ ਵਾ ਮੈਂ ਕਿਹਾ ਚਲੋ ਠੀਕ ਆ ਕੁੜੀ ਮੇਰੀ ਆ ਗਈ ਆ ਸੱਤ ਚਾਰ ਦਿਨ ਤੇ ਇਹਨਾਂ ਦੇ ਕੋਲ ਆਈ ਹੋਈ ਆ ਇਹਨਾਂ ਨੇ ਉਹਨੂੰ ਅੰਦਰ ਬਾਹਰ ਕੇ ਕੁੱਟਿਆ ਮਾਰਿਆ ਉਹਦੀ ਲੱਤਾਂ 3 ਮਹੀਨੇ ਦੀ ਉਹ ਪ੍ਰੈਗਨੈਂਟ ਆ ਇਹਨਾਂ ਨੇ ਉਹਦੀ ਬੁਰੀ ਹਾਲਤ ਕੀਤੀ ਪਈ ਅੰਦਰ ਕੁੱਟ ਮਾਰ ਕੇ ਇਹਨਾਂ ਨੇ ਕੀਤੀ ਕੌਣ ਸੱਸ ਸਹੁਰੇ ਨੇ ਸੱਸ ਸਹੁਰੇ ਨੇ ਹਾਂਜੀ ਅੱਛਾ ਇੱਥੇ ਵਿਆਹੀ ਆ ਉਹ ਇੱਥੇ ਵਿਆਹੀ ਹੋਈ ਆ ਉਹਨਾਂ ਦਾ ਕੀ ਨਾਮ ਹੈ ਸੱਸ ਸਹੁਰੇ ਰਸ਼ਪਾਲ ਸਿੰਘ ਜਸਪਾਲ ਮੈਨੂੰ ਜ਼ਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਹੈਗੀ ਰਸ਼ਪਾਲ ਸਿੰਘ ਰਸ਼ਪਾਲ ਕਿੰਨੇ ਚਿਰ ਦਾ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ ਠੀਕ ਆ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਪੁਲਿਸ ਨੂੰ ਸ਼ਿਕਾਇਤ ਕੀਤੀ ਨਾ ਹੋਈ ਅਜੇ ਤੱਕ ਬੋੜੀ ਆ ਪੁਲਿਸ ਅਜੇ ਤੱਕ ਕਰਾਈ ਨਹੀਂ ਅਜੇ ਤੱਕ ਨਹੀਂ ਆਈ ਮੇਰੀ ਕੁੜੀ ਅੰਦਰ ਤੜਫ ਰਹੀ ਪਈ ਆ ਤੇ ਅੰਦਰੋਂ ਜਿੰਦੇ ਵੀ ਲੱਗ ਲਾਏ ਹੋਏ ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੇ ਬਾਹਰ ਅਸੀਂ ਬੈਠੇ ਆ ਬਾਹਰੋਂ ਵੀ ਗੇਟ ਜਿੰਦੇ ਲਾਤੇ ਆ ਅਸੀਂ ਤਸਵੀਰ ਦੇ ਇੱਥੇ ਬਾਹਰ ਤੜਫਦੇ ਆ ਕੁੜੀ ਸਾਡੀ ਅੰਦਰ ਜੇ ਕੋਈ ਮੰਗ ਕੀ ਕਰਦੇ ਹੋ ਤੁਸੀਂ ਮੰਗ ਅਸੀਂ ਇਹੋ ਕਰਦੇ ਵੀ ਸਾਨੂੰ ਫੈਸਲਾ ਚਾਹੀਦਾ ਸੀ ਜੋ ਵੀ ਹੋਵੇ ਅਸੀਂ ਇਹਨਾਂ ਤੇ ਕਰਨਾ ਆ ਹੁਣ ਕਾਨੂੰਨੀ ਕਾਰਵਾਈ ਸਾਰੀ ਕਰਨੀ ਆ ਕੁੜੀ ਅੰਦਰ ਤੜਫਦੀ ਪਈ ਆ ਉਹ ਦੱਸਦੇ ਪਏ ਦਰਦ ਪੇਨ ਵਗੈਰਾ ਹੁੰਦੇ ਪਏ ਕੁੜੀ ਦੇ ਆ ਤੇ ਅੰਦਰ ਮੇਰੀ ਉਹ ਬੱਚਾ ਹੋਣ ਵਾਲਾ ਆ ਅੰਦਰ ਜਿੰਦੇ ਲਾਏ ਉਹ ਜੀ ਹੁਣ ਗੇਟ ਬੰਦ ਕਰਤੇ ਇਹਨਾਂ ਨੇ ਸਾਰੇ ਬੰਦ ਬੁੰਦ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ ਆ ਤੁਸੀਂ ਹਸਪੀਟਲ ਵੀ ਨਹੀਂ ਲਿਜਾ ਸਕਦੇ ਕੁੜੀ ਕੁਛ ਵੀ ਨਹੀਂ ਅਸੀਂ ਲਿਜਾ ਸਕਦੇ ਕਿੱਥੋਂ ਜੇ ਅਸੀਂ ਕੱਢਾਂਗੇ ਤੇ ਜਾਵਾਂਗੇ ਜਿੰਦੇ ਖੋਲੂਗੇ ਤੇ ਜਾਵਾਂਗੇ ਅਸੀਂ ਜਿੰਦੇ ਖੋਲਦੇ ਨਹੀਂ ਪਏ ਕੁਛ ਨਹੀਂ ਖੋਲਦੇ ਹੈਗੇ ਠੀਕ ਪਹਿਲਾਂ ਕਿੰਨੇ ਬੇਬੀ ਆ ਜੀ ਉਹਨਾਂ ਤਿੰਨ ਬੇਬੀਆਂ ਆ ਗੁੱਡੀਆਂ ਆ ਤਿੰਨ ਇਹ ਵੀ ਸਿਟੀਜ਼ਨ ਹੈ ਅਮਰੀਕਾ ਤੋਂ ਹਾਂਜੀ ਬੇਬੀਆਂ ਦਾ ਜਨਮ ਸਾਰਾ ਕੁਛ ਉਧਰਲਾ ਆ ਇਹ ਵੀ ਸਿਟੀਜ਼ਨ ਉਧਰਲੀ ਆ ਕੁੜੀ ਦੀ ਵੀ ਜਦੋਂ ਪੱਕੀ ਹੋ ਗਈ ਮੇਰੀ ਵਿਆਹੀ ਇਧਰਲੀ ਜਿਹੜੀ ਸੀ ਕਦੋਂ ਆਈ ਆ ਕੁੜੀ ਬਾਹਰੋਂ ਹਜੇ ਪਰਸੋਂ ਆਏ ਇਹ ਆ 28 ਤਰੀਕ ਤੇ ਕੌਣ ਜੀ ਕੁੜੀ ਮੇਰੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਇੱਥੇ ਆਏ ਸੀ ਆਪਣੇ ਸਹੁਰੇ ਉਸ ਤੋਂ ਬਾਅਦ ਇਹ ਅੱਜ ਆਏ ਆ ਇਹ ਕਹਿੰਦੇ ਚਲ ਸਫਾਈ ਕਰਾਇਆ ਉਹਨੇ ਆ ਇਹ ਜਿੱਦਾਂ ਅੰਦਰ ਪਤਾ ਨਹੀਂ ਖੁੱਲੇ ਸੀ ਬੂਹੇ ਉਹ ਅੰਦਰ ਆ ਗਈ ਇਹਨਾਂ ਨੇ ਅੰਦਰ ਫੜ ਕੇ ਕੋਰਸ ਚਟੀਆਂ ਫੜ ਕੇ ਕੁੜੀ ਤੇ ਮੇਰੇ ਕੋਲੇ ਨਿਆਣੇ ਛੱਡ ਕੇ ਆਈ ਅੱਛਾ ਇਕੱਲੇ ਆਏ ਸੀ ਕੁੜੀ ਦੇ ਇਕੱਲੇ ਆਏ ਸੀਗੇ ਗੱਡੀ ਉਹ ਖੜੀ ਉਹਦੀ ਆ ਵੀ ਮੈਂ ਮੰਮੀ ਸਫਾਈ ਕਰਾ ਕੇ ਮੈਂ ਆ ਜਾਣਾ ਆ ਤੇ ਤੂੰ ਇਹਨਾਂ ਨਿਆਣਿਆਂ ਨੂੰ ਕੋਲੇ ਰੱਖ ਮੈਂ ਕਿਹਾ ਠੀਕ ਹੈ ਹੁਣ ਵੀ ਕੁੜੀ ਅੰਦਰ ਬੰਦ ਹੈ ਤੁਹਾਡੀ ਕੁੜੀ ਸਾਡੀ ਅੰਦਰ ਹੀ ਬੰਦ ਆ ਇਹਨਾਂ ਨੇ ਬੰਦ ਕੀਤੀ ਉਹ ਬੰਦ ਕੀਤੀ ਬੰਦ ਕਰਕੇ ਆਪ ਬੇਲੀ ਚ ਬੈਠੇ ਆ ਦੋਨੇ ਧੀਮੀ ਆਦਮੀ ਹੁਣ 2.5 ਘੰਟੇ ਹੋ ਗਏ ਪੁਲਿਸ ਨੂੰ ਸ਼ਿਕਾਇਤ ਕੀਤੀ ਉਹ ਹਲੇ ਤੱਕ ਪੁਲਿਸ ਆਈ ਨਹੀਂ ਪੁਲਿਸ ਆਈ ਨਹੀਂ ਗੀ ਠੀਕ ਹੈ ਥੈਂਕ ਯੂ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਨਾਮ ਰਵਿੰਦਰ ਸਿੰਘ ਆ ਕਿਹੜਾ ਪਿੰਡ ਹੈ ਭਾਜੀ ਪਿੰਡ ਉਮਰਪੁਰੀ ਭਾਜੀ ਭਾਜੀ ਤੁਸੀਂ ਦੱਸ ਰਹੇ ਆ ਕਿ ਬਾਈਕ ਵਗੈਰਾ ਬਾਰੇ ਉਹਦੇ ਬਾਰੇ ਚੀਜ਼ ਹਾਂਜੀ ਭਾਜੀ ਸਾਡੀ ਅੰਦਰ ਮੋਟਰਸਾਈਕਲ ਖੜਾ ਕੀਤਾ ਇਹ ਨਹੀਂ ਫੜ ਕੇ ਤੇ ਅਸੀਂ ਇੱਥੇ ਕੰਮ ਕਰਦੇ ਆ ਤੇ ਸਾਨੂੰ ਆ ਕੇ ਇਹਨਾਂ ਨੇ ਧਮਕੀ ਦਿੱਤੀ ਆ ਵੀ ਤੁਸੀਂ ਇੱਥੋਂ ਚਲ ਜਾਓ ਨਹੀਂ ਤਾਂ ਤੁਹਾਨੂੰ ਵੀ ਅੰਦਰ ਕਰਾ ਦੇਣਾ ਹੈ ਕੌਣ ਕਹਿ ਰਿਹਾ ਤੇ ਕਿਹਨੇ ਬਾਈਕ ਅੰਦਰ ਕੀਤੀ ਇਹਨਾਂ ਦੇ ਡੈਡੀ ਕਹਿ ਰਹੇ ਸੀਗੇ ਜਸਪਾਲ ਸਿੰਘ ਹਾਂਜੀ ਤੇ ਕਹਿੰਦੇ ਤੁਸੀਂ ਇੱਥੋਂ ਚਲ ਜਾਓ ਨਹੀਂ ਤਾਂ ਤੁਹਾਨੂੰ ਵੀ ਅੰਦਰ ਕਰਾ ਦੇਣਾ ਵੀ ਅੱਗੇ ਤਾਂ ਇੱਕ ਦੇ ਤਾਂ ਕੇਸ ਚੱਲਦਾ ਹੀ ਵੀ ਤੁਸੀਂ ਵੀ ਅੰਦਰ ਜਾਓਗੇ ਤੇ ਸਾਨੂੰ ਧਮਕੀਆਂ ਦਿੰਦੇ ਸੀਗੇ ਵੀ ਇੱਥੋਂ ਨਿਕਲ ਜਾਓ ਬਾਹਰ ਕਿੰਨੇ ਕੁ ਵਜੇ ਦੀ ਵਾਰਦਾਤ ਹੈ ਜੀ ਜਦੋਂ ਤੁਹਾਨੂੰ ਤੁਹਾਡਾ ਮੋਟਰਸਾਈਕਲ ਵਗੈਰਾ ਫੜਿਆ ਜੀ ਇਹਨਾਂ ਨੇ ਮੋਟਰਸਾਈਕਲ ਭਾਜੀ ਬਸ ਅਸੀਂ ਕੰਮ ਕਰਦੇ ਤੁਹਾਨੂੰ ਦੱਸਿਆ ਵੀ ਅਸੀਂ ਅੰਦਰ ਖੜਾ ਕੀਤਾ ਜੀ ਮੋਟਰਸਾਈਕਲ ਸਾਨੂੰ ਕਹਿੰਦੇ ਇੱਥੋਂ ਨਿਕਲ ਜਾਓ ਮੋਟਰਸਾਈਕਲ ਵੀ ਨਹੀਂ ਸਾਨੂੰ ਚੱਕਣ ਦਿੱਤਾ ਅੰਦਰੋਂ ਕਹਿੰਦੇ ਤੋਂ ਬਾਹਰ ਨਿਕਲੋ ਕੀ ਕੰਮ ਕਾਰ ਕਰਦੇ ਹੋ ਕੰਮ ਭਾਜੀ ਅਸੀਂ ਖੇਤੀਬਾੜੀ ਦਾ ਹੀ ਸਾਂਭਦੇ ਹਾਂ ਭਾਜੀ ਦਾ ਕੰਮ ਤੇ ਕੰਪੈਨ ਚਲਾਉਂਦੇ ਸੀ ਕੰਪੈਨ ਖੋਲੀ ਸੀਗੀ ਉਹਦਾ ਕੰਮ ਕਰਦੇ ਸੀਗੇ ਕਿੰਨੇ ਟਾਈਮ ਤੋਂ ਕਰ ਰਹੇ ਹਾਂ ਸਾਨੂੰ ਹੋ ਗਿਆ 5 ਮਹੀਨੇ ਕੰਮ ਕਰਦੇ ਹਾਂ ਤੇ ਤੁਹਾਡਾ ਹੁਣ ਮੋਟਰਸਾਈਕਲ ਵਗੈਰਾ ਮਿਲਿਆ ਤੁਹਾਨੂੰ ਨਹੀਂ ਭਾਜੀ ਅੰਦਰ ਹੀ ਖੜਾ ਮੋਟਰਸਾਈਕਲ ਸਾਡਾ ਕੁੰਡੇ ਲਾਤੇ ਆ ਸਾਰੇ ਪਾਸੇ ਸਾਨੂੰ ਬਾਹਰ ਕੱਢ ਦਿੱਤਾ ਉਧਰੋਂ ਕਹਿੰਦੇ ਚਲ ਜਾਓ ਤੁਸੀਂ ਇੱਥੋਂ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਜੀ ਭਾਜੀ ਭਾਜੀ ਨੂੰ ਦੱਸਤਾ ਸੀਗਾ ਹਾਂਜੀ ਕੱਲ੍ਹ ਆਏ ਆ ਦੂਏ ਚ ਬਾਹਰੋਂ ਆਏ ਆ ਬਾਹਰੋਂ ਪਰਸੋਂ ਰਾਤੀਆਂ ਕੱਲ੍ਹ ਅਸੀਂ ਆਏ ਆ ਤੁਹਾਡਾ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਗੱਲ ਹੋਈ
ਘਰ ਆ ਕੇ ਅਸੀਂ ਕਰ ਰਹੇ ਹਾਂ, ਚਾਬੀਆਂ ਸੀਗੀਆਂ ਸਾਡੇ ਕੋਲ ਆ ਕੇ ਅਸੀਂ ਜੀ, ਮਾੜਾ ਮੋਟਾ ਕੱਪੜਾ ਲੀੜਾ ਸਾਡਾ ਉਹ ਚੇਂਜ ਚੇਂਜ ਕਰਕੇ ਨਹਾ ਨੂ ਕੇ ਚਲ ਗਏ ਰਾਤੀ, ਆਪਦੇ ਭੈਣ ਦੇ ਘਰ ਕੋਲ ਚਲ ਗਏ ਇੱਦਾਂ ਠੀਕ ਹੈ, ਤੇ ਸਵੇਰੇ ਫਿਰ ਅਸੀਂ ਅਰਲੀ ਆ ਗਏ ਆ ਕੇ ਨਹਾਉਣੇ, ਉਹਨੂੰ ਸਫਾਈ ਕਰਾਉਣੀ, ਕੁੜੀ ਨੂੰ ਕਿਹਾ ਸੀਗਾ ਪਿੰਡ ਦਾ ਗੰਦ ਬਹੁਤ ਅੰਦਰ ਠੀਕ ਹੈ, ਤੇ ਅਸੀਂ ਅੰਦਰ ਸੀਗੇ ਸਾਡੇ ਮੋਟਰ ਮੋਟਰ ਪਾਣੀ ਜਾਈ, ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ, ਇਹਦੇ ਵੜ ਕੇ ਇਹਦੇ ਵਾਲ ਫੜ ਲਿਆ, ਵਾਲ ਫੜ ਕੇ ਵਾਲ ਫੜ ਕੇ ਤੇ ਗਾਲ ਨੂੰ ਪਾ ਲਿਆ ਵਾਲ ਇੱਥੋਂ ਦੀ ਠੀਕ ਹੈ, ਵਾਲ ਪਾ ਕੇ ਤਾਂ ਛੱਟ ਲਿਆ ਥੱਲੇ, ਕਿੰਨੀ ਮੈਂ ਤੈਨੂੰ ਮਾਰ ਦੇਣਾ, ਇਹਨੂੰ ਮੈਂ ਛਡਾਇਆ, ਇਹਦੀ ਬਾਂਹ ਵੀ ਛੱਲੇ ਹੋਏ ਦੇਖੋ, ਉਰੇ ਆ ਤੂੰ, ਉਰੇ ਆ ਤੂੰ। ਅੰਦਰੋਂ ਵੜ ਕੇ ਕੁੰਡਾ ਲਾਇਆ ਸੀਗਾ, ਅਸੀਂ ਜਿੰਦਾ ਲਾਏ ਮੁੰਡਾ ਮੁਖਤਿਆਰ ਸੀਗਾ, ਇੱਕ ਛੋਟਾ ਭਰਾ ਮੇਰਾ, ਕੁੜੀ ਆ, ਤਿੰਨ ਬੱਚੇ ਆ ਮੇਰੇ, ਇਹਨੇ ਬਾਹਰ ਵੀ ਵੱਡਾ ਸੀਗਾ, ਮੋਰ ਅਖਤਿਆਰ ਸੀ, ਆਪਦੇ ਨਾਲ ਪ੍ਰੋਪਰਟੀ ਲਵਾਈ ਗਿਆ, ਟੱਕ ਟੁੱਕ 20 ਟਰੱਕ ਇਹਨੇ ਆਪਦੇ ਨਾਲ ਲਵਾਇਆ, ਢਾਈ ਮਿਲੀਅਮ ਦੀ ਜਾੜ ਵਾ, ਸਾਰਿਆਂ ਟੱਬਰ ਨੇ ਕੰਮ ਕੀਤਾ, ਕਲੋਜ਼ ਫੈਮਿਲੀ ਸੀ, ਛੋਟੇ ਮੁੰਡੇ ਦਾ ਵਿਆਹ ਰੱਖਿਆ, ਇਹਨੇ ਧੱਕਾ ਦੇ ਕੇ ਸਾਰੀ ਸਾਮ ਫੈਮਿਲੀ ਨੂੰ ਬਾਹਰ ਕੱਢਤਾ, ਸਾਨੂੰ US ਸਾਡੇ ਕੋਲ ਸਾਰਾ ਪੇਪਰ ਵਰਕ ਹੈਗਾ, ਸਾਢੇ 3,00,000-3 crore ਮੇਰੇ ਤੋਂ ਲੋਨ ਚੁਕਾ ਟੱਕਾ ਦਾ, ਉਹ ਪੈਸੇ ਨਹੀਂ ਖਾਧੇ, ਉਹ ਮੈਂ ਉੱਥੇ US ਜਾ ਦੇਣਾ, ਛੋਟੇ ਮੁੰਡੇ ਤੋਂ 1.5 ਲੱਖ ਉਹਦਾ, ਹੁਣ ਮੈਂ ਫੜ ਤੁਰ ਕੇ ਅਸੀਂ ਵਿਆਹ ਕਰ ਕੀਤਾ, ਉਸ ਤੋਂ ਸਾਨੂੰ ਘਰੋਂ ਕੱਢਿਆ, ਬੇਘਰ ਕੀਤਾ, ਸਾਡੇ ਕੱਪੜ ਸਮਾਨ ਇਹਦੇ ਘਰੇ ਪਿਆ ਉੱਥੇ, ਹਾਂਜੀ ਭਾਅ ਜੀ ਕੀ ਨਾਮ ਹੈ? ਹਾਂਜੀ ਭਾਅ ਜੀ ਮੇਰਾ ਨਾਮ ਦਲਜਿੰਦਰ ਆ। ਕਿਹੜਾ ਪਿੰਡ ਆ ਭਾਅ ਜੀ? ਉਮਰਪੁਰਾ ਪਿੰਡ ਆ, ਅਸੀਂ ਹੈਰੀ ਭਾਅ ਜੀ ਦੇ ਕੰਮ ਕਰਦੇ ਸੀਗੇ, ਹਾਂਜੀ, ਤੇ ਇੱਥੇ ਕਾਫੀ ਕੁੱਟਮਾਰ ਭਾਬੀ ਦੇ ਨਾਲ ਹੋਣ ਲੱਗੀ ਸੀਗੀ, ਅੰਕਲ ਆਂਟੀ ਉਹਨੂੰ ਕਾਫੀ ਖਿੱਚ ਖੁੱਚ ਕੇ ਧੂਤ ਕਰਕੇ ਕਰ ਰਹੇ ਸੀਗੇ। ਕਿੰਨੇ ਕੁ ਵਜੇ ਦੀ ਵਾਰਦਾਤ ਹੈ ਇਹ ਭਾਅ ਜੀ? 7:30-8 ਵਜੇ ਦੀ ਗੱਲ ਆ। ਕਿੰਨੇ ਜਣੇ ਸੀ ਕੁੱਟਮਾਰ ਕਰਦੇ? 2 ਜਣੇ ਸੀਗੇ ਭਾਅ ਜੀ, ਅੰਕਲ ਲੇਡੀਜ਼ ਮੂਹਰੋਂ ਰੌਲਾ ਪਾ ਰਹੀ ਸੀਗੀ ਆਪਣੇ ਜਿੱਤੋਂ ਵੀ ਬਚਾਓ ਬਚਾਓ, ਫਿਰ ਤੁਸੀਂ ਛਡਾਉਣ ਦੀ ਕੋਸ਼ਿਸ਼ ਕੀਤੀ? ਅਸੀਂ ਇੱਦਾਂ ਨਹੀਂ ਛਡਾ ਸਕਦੇ, ਅਸੀਂ ਲੇਡੀਜ਼ ਨੂੰ ਵੀ ਨਹੀਂ ਹੱਥ ਪਾ ਸਕਦੇ। ਹਾਂਜੀ, ਬਾਅਦ ਵਿੱਚ ਹੁਣ ਲੇਡੀਜ਼ ਉੱਪਰ ਆਪਣੇ ਆਪ ਅੰਦਰ ਬੰਦ ਹੋਈ ਆ ਹੁਣ ਜਿਹੜੇ? ਨਹੀਂ, ਉਹਨਾਂ ਨੂੰ ਕੀਤਾ ਗਿਆ, ਕੀਤਾ ਗਿਆ ਰਵਨੀਸ਼। ਹਾਂਜੀ, ਇਹਨਾਂ ਨੇ ਬੰਦ ਕੀਤਾ ਅੰਕਲ ਆਂਟੀ ਹੁਣ? ਹਾਂਜੀ, ਤੇ ਸਾਨੂੰ ਵੀ ਇੱਥੋਂ ਗੈਰਜ ਚੋਂ ਬਾਹਰ ਕੱਢਤਾ, ਕਹਿੰਦੇ ਤੁਸੀਂ ਵੀ ਚੱਲ ਜਾਓ ਬਾਹਰ। ਹਾਂਜੀ, ਕਾਰਨ ਭਾਜੀ ਆਪਾਂ ਨੂੰ ਤਾਂ ਇਹ ਗੱਲ ਦਾ ਹੁਣ ਅਗਲੇ ਦੇ ਘਰ ਦੀ ਗੱਲ, ਆਪਾਂ ਨੂੰ ਤਾਂ ਇਹਦੇ ਬਾਰੇ ਨਹੀਂ ਪਤਾ ਹੈਗਾ, ਠੀਕ ਨੀ ਭਾਜੀ? ਆਪਾਂ ਨੂੰ ਤਾਂ ਇਹ ਕਿਹਾ ਵੀ ਇੱਦਾਂ ਠੀਕ ਆ ਕੁੱਟਮਾਰ, ਆਪਾਂ ਨੂੰ ਤਾਂ ਇਹਦੇ ਬਾਰੇ ਘਰ ਦੀ ਗੱਲ ਆਪਾਂ ਨੂੰ ਕਿਹੜਾ, ਤੁਹਾਨੂੰ ਪਤਾ ਕੋਈ ਦੱਸ ਸਕਦਾ? ਠੀਕ, ਹਾਂਜੀ, ਉਹਨਾਂ ਨੇ ਪੁਲਿਸ ਕੰਪਲੇਂਟ ਕੀਤੀ ਹੈ? ਹਾਂਜੀ ਕਹਿੰਦੇ ਕੀਤੀ ਹੈ। ਠੀਕ, ਓਕੇ, ਹਾਂਜੀ ਭਾਜੀ, ਠੀਕ ਹੈ।
ਸਾਨੂੰ 112 ਦੀ ਕਾਲ ਆਈ ਸੀ, ਇੱਕ ਜਗਦੀਸ਼ ਕੌਰ ਪਤਨੀ ਹਰਜਿੰਦਰ ਸਿੰਘ ਉਮਰਪੁਰ ਕਲਾਂ, ਉਹਨੇ ਫੋਨ ਕੀਤਾ ਸੀ 112 'ਤੇ ਮੇਰੇ ਸੱਸ ਸਹੁਰਾ ਮੈਨੂੰ ਕੁੱਟ ਮਾਰ ਰਿਹਾ। ਅਤੇ ਜਦੋਂ ਅਸੀਂ ਆਏ ਹਾਂ, ਆ ਕੇ ਦੇਖਿਆ ਤਾਂ ਸੱਸ ਸਹੁਰਾ ਨੇ ਅੰਦਰ ਲੋਕ ਲਾਇਆ ਸੀਗਾ। ਅਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸੱਸ ਸਹੁਰੇ ਨੇ ਕੁੱਟਮਾਰ ਕੀਤੀ। ਅਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹੋਸਪਿਟਲ, ਦੋ ਸੱਟਾਂ ਲੱਗੀਆਂ। ਅਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ, ਅਸੀਂ ਬਣਦੀ ਕਾਰਵਾਈ ਜਾਵਾਂਗੇ। ਮਤਲਬ ਕੁੜੀ ਨੂੰ ਅੰਦਰ ਬੰਧਕ ਬਣਾਇਆ ਹੋਇਆ ਸੀਗਾ, ਕੁੜੀ ਨੂੰ ਤੁਸੀਂ ਲੋਕ ਲਾਇਆ? ਨਹੀਂ, ਲੋਕ ਅਸੀਂ ਬਾਹਰੋਂ ਨਹੀਂ ਕੁੰਡਾ ਲਾਇਆ ਸੀਗਾ, ਲੋਕ ਲੱਗਿਆ ਹੋਇਆ ਸੀ, ਲੋਕ ਗੇਟ ਨੂੰ ਲੱਗਾ ਸੀ, ਗੇਟ ਨੂੰ ਲੱਗਾ ਸੀ, ਗੇਟ ਨੂੰ ਲੋਕ ਲਾਇਆ ਸੀ, ਕੁੜੀ ਨੂੰ ਬਾਹਰ ਕੱਢ ਕੇ ਹੁਣ ਅਸੀਂ ਭੇਜਤਾ ਹੋਸਪਿਟਲ। ਕੁੜੀ ਦੀ ਹਾਲਤ ਕਿੱਦਾਂ ਸੀਗੀ ਜੀ? ਕੁੜੀ ਦੱਸਦੀ ਕਹਿੰਦੀ ਮੇਰੇ ਪੇਟ ਲੱਤ ਮਰੀ ਗਈ। ਪ੍ਰੈਗਨੈਂਟ ਹੈ ਕੁੜੀ ਜੀ? ਪ੍ਰੈਗਨੈਂਟ ਨੂੰ ਦੱਸਦੀ, ਉਹਦੇ ਸੰਗਲਾ ਕੋਈ ਕੀ ਲੱਗਦਾ ਇਹ ਕਿਡਨੈਪਿੰਗ ਦਾ ਮਾਮਲਾ ਸੀ ਕਿ ਅੰਦਰ ਬੰਦ ਕਰਕੇ? ਕਿਡਨੈਪਿੰਗ ਨਾਲ ਕੋਈ ਆਪਸੀ ਨਾ, ਘਰੇਲੂ ਜਿਹੜਾ ਕਾਫੀ ਦੇਰ ਦਾ ਹੀ ਆ, ਪਰ ਇਸ ਹਿਸਾਬ ਨਾਲ ਅੰਦਰ ਬੰਦ ਕਰਕੇ ਰੱਖਿਆ ਸੀ, ਕੀ ਲੱਗਦਾ ਤੁਹਾਨੂੰ ਮੌਕੇ ਤੇ? ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ, ਪੇਕਾ ਪਰਿਵਾਰ ਘਰ ਦਾ ਬਾਹਰ ਬੈਠਾ, ਸਾਰਾ ਪਰਿਵਾਰ ਜਿਹੜਾ ਉਹੀ ਦੋਨੇ ਬਾਹਰ ਬੈਠੇ ਸੀ, ਕੋਈ ਕੋ ਅੰਦਰ ਕੋਈ ਨਹੀਂ ਸੀ। ਪਿੰਡ ਵਾਲੇ ਪੇਕਾ ਪਰਿਵਾਰ ਹੋ ਗਿਆ, ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਪੁਰਾਣਾ ਰੋਡ ਤੇ, ਇੱਥੇ ਵੀ ਕਾਫੀ ਲੋਕ ਇਕੱਠੇ ਹੋਏ ਸੀ ਤੇ ਉਹਨਾਂ ਨੂੰ ਟਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ, ਉਹ ਕਾਫੀ ਰੋਡ ਜਾਮ ਕੀਤਾ ਸੀਗਾ, ਉਧਰੋਂ ਸੁਲਝਾ ਕੇ ਫਿਰ ਅਸੀਂ ਇੱਧਰ ਬਾਅਦ 'ਚ ਆਏ। ਜੇ ਤੁਸੀਂ ਦੇਖਿਆ ਹੋਣਾ ਕੁੜੀ ਦੇ ਹਾਲਤ, ਕੁੜੀ ਨੂੰ ਉਨੇ ਕੀ ਹੋ ਜਾਂਦੀ, ਜ਼ਿੰਮੇਵਾਰ ਕੌਣ ਸੀਗਾ? ਦੇਖ ਲਈ ਕੁੜੀ, ਹੁਣ ਕੁੜੀ ਨੂੰ ਹਸਪਤਾਲ ਭੇਜਤਾ, ਜੋ ਬਿਆਨ ਦਊਗੀ ਉਹ ਆਪਾਂ ਜ਼ਿੰਮੇਵਾਰ ਵੀ ਕਰਦੇ। ਥੈਂਕ ਯੂ।